السلام علیکم جی. وعلیکم السلام جناب علی. سب تو پہلے تو جی جڑے اپنے مہمان آئے نے, ہاں جی, شاہ صاحب اللہ تعالی نے تندرستی دے دے, ہاں, ਬੜੀਆਂ ਸੋਹਣੀਆਂ ਗੱਲਾਂ ਕਰਨ ਦਾ ਇਹਨੂੰ ਸੁਣਨਾ ਚਾਹਾਂ. ਮੈਂ ਇਹ ਗੱਲ ਕਰਨਾ ਵੀ ਜਿਹੜੇ ਪਹਿਲੇ ਸਨ ਨਾ ਲਿਖਣ ਵਾਲੇ, ਲਿਖਾਰੀ ਜਿਹੜੇ ਪਹਿਲੋਂ ਲਿਖਦੇ ਰਹੇ ਨੇ, ਜੀ ਜੀ, ਉਹ ਅੱਲਾ ਜਾਣੇ ਉਹਨਾਂ ਦੇ ਦਿਲ ਦੇ ਵਿੱਚ ਗੱਲ ਉੱਠਦੀ ਸੀ, ਉਹਨਾਂ ਦੇ ਦਿਲ ਚ ਗੱਲ ਉੱਠਦੀ ਸੀ ਤੇ ਉਹ ਤਾਂ ਕਰਕੇ ਉਹ ਲਿਖਦੇ ਸਨ ਗੱਲ, ਜਿਹੜੀ ਵੀ ਗਾਣਾ ਲਿਖਦੇ ਸਨ ਜੋ ਉਹਨਾਂ ਕੋਈ ਵੀ ਗਾਣਾ ਹੁੰਦਾ ਸੀ. ਇਹ ਹੁਣ ਜਿਸ ਬੰਦੇ ਨੇ ਗਾਣਾ ਲਿਖਿਆ ਉਹਦੇ ਦਿਲੋਂ ਹੀ ਗੱਲ ਉੱਠੀ ਤੇ ਉਹਨੇ ਏਡਾ ਪਿਆਰਾ ਗਾਣਾ ਲਿਖਿਆ ਨਾ ਇਹ. ਹਾਂ, ਅਸਲ ਵਿੱਚ ਇੱਕ ਤੇ ਦਿਲੋਂ ਉੱਠੀ ਔਰ ਉਹਨਾਂ ਕੋਲ ਵੱਲ ਸੀ ਗੱਲ ਕਰਨ ਦਾ, ਮੈਂ ਮਲਕ ਖਾਦਮ ਬੋਲਦਾ ਵਾਂ. ਜੀ ਜੀ, ਮਲਕ ਸਾਹਿਬ, ਮੈਂ ਪਛਾਣ ਲਿਆ ਮਲਕ ਖਾਦਮ ਸਾਹਿਬ. ਤੇ ਉਹ ਇਸੇ ਤਰ੍ਹਾਂ ਨਾ ਤਨਵੀਰ ਨਕਵੀ ਬੜਾ ਵੱਡਾ ਗੁਰੂ ਲਿਖਣ ਵਾਲਾ. ਹਾਂਜੀ ਹਾਂਜੀ ਹਾਂਜੀ, ਬਿਲਕੁਲ, ਬਹੁਤ ਜ਼ਿਆਦਾ ਉਹਨਾਂ ਨੇ ਲਿਖਿਆ, ਬਹੁਤ ਸੋਹਣਾ. ਉਹਨਾਂ ਨੂੰ ਜਨਰਲ ਫਿਰਦੌਸ ਜਗ੍ਹਾ ਤਾਂ ਕਰੇ, ਆਮੀਨ. ਉਹਨਾਂ ਨੂੰ ਮਤਲਬ ਕਿ ਮੈਂ ਤੇ ਜਾਣੋ ਨਾ ਗਾਣਾ ਲਿਖਿਆ ਸੀ ਚੁੰਨੀ ਕੇਸਰੀ ਦੇ ਗੋਟੇ ਦੀਆਂ ਧਾਰੀਆਂ, ਉਹਦੇ ਐਂਡ ਦੇ ਉੱਤੇ ਉਹਨੇ ਵੇਖੋ ਕੀ ਲਿਖਿਆ, ਲਾੜਾ ਘੋੜੀ ਉੱਤੇ ਫੱਬੇ ਉਹਨੂੰ ਤੱਕਦੀਆਂ ਸੱਬੇ, ਜਿੱਥੇ ਲੰਘ ਜਾਵੇ ਖੁੱਲਦੀਆਂ ਬਾਰੀਆਂ, ਚੁੰਨੀ ਕੇਸਰੀ ਦੇ ਗੋਟੇ ਦੇ ਵੇਖੋ ਜੀ, ਲਾਲ ਗੱਲ ਦੇ ਨਾਲ ਗੱਲ ਮਿਲਾਉਣੀ, ਉਹਨਾਂ ਦੇ ਦਿਲੋਂ ਗੱਲਾਂ ਉੱਠਦੀਆਂ ਸਨ ਤੋਂ ਗੱਲਾਂ ਕਰਦੇ, ਐਵੇਂ ਨਹੀਂ ਸੀ ਕਰਦੇ. ਤੇ ਇਹ ਮੈਂ ਇਹ ਆਹ ਵੀ ਪਤਾ ਨੀ ਗਾਣਾ ਲਿਖਿਆ ਕਿੰਨੇ, ਇਹ ਤਾਂ ਤੁਹਾਨੂੰ ਪਤਾ ਨਾ ਕਿੰਨੇ ਲਿਖਿਆ ਜੀ, ਹੁਣੇ ਆ ਜਾਂਦੇ ਦੱਸਣ ਵਾਲੇ, ਹੁਣੇ ਆ ਜਾਂਦੇ ਕਿੰਨੇ ਲਿਖਿਆ. ਬੜਾ ਸੋਹਣਾ ਪ੍ਰੋਗਰਾਮ ਚੱਲਦਾ, ਮੈਂ ਕਿਹਾ ਯਾਰ ਮੈਂ ਵੀ ਸਾਂਝ ਪਾ ਹੀ ਜੀ. ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਮਲਿਕ ਸਾਹਿਬ, ਸਲਾਮਤ ਰਹੋ, ਖੁਸ਼ ਰਹੋ, ਅੱਛਾ ਜੀ.